ਯਾਰੇ ਦੋਸਤੋ ਅੱਜ ਅਸੀਂ ਮਜ਼ੇਦਾਰ ਸੀ ਮੇਥਰੀ ਤੁਹਾਨੂੰ ਰਾਣੇ ਦਾ ਤਰੀਕਾ ਦੱਸਣੀ ਹੈ ਤੇ ਵੀਡੀਓ ਸਾਡੀ ਮੁਕੰਮਲ ਦੇਖਦੇ ਰਹੋ ਮੁਕੰਮਲ ਸਮਝ ਆਏ ਬਿਲਾਈ ਮਿਲ ਸ਼ੈਤਾਨ ਨੂੰ ਅਜੀਮ ਬਿਸਮਿਲ੍ਲਾਹਿ ਰਹਿਮਾਨ ਰਹਿਮ ਸ਼ੁਰੂ ਕਰਤਾ ਹੂੰ ਅੱਲਾਹ ਕੇ ਨਾਮ ਸੇ ਜੋ ਬੜਾ ਮਿਹਰਬਾਨ ਨਿਹਾਇਤ ਰਹਿਮ ਫਰਮਾਨੇ ਵਾਲਾ ਹੈ ਮੇਰੇ ਪਿਆਰੇ ਦੋਸਤੋ ਅੱਜ ਅਸੀਂ ਆਪਣੀ ਪਹਿਲੀ 'ਚ ਬੀਜਾ ਲੱਗਿਆ ਮੇਥਰੀ ਅਤੇ ਅਸੀਂ ਤੁਹਾਨੂੰ ਜਦੋਂ ਵੱਡੀ ਹੋਏਗੀ ਉਦੋਂ ਵੀ ਦਿਖਾਵਾਂਗੇ ਪਕਾ ਕੇ ਦਿਖਾਵਾਂਗੇ ਵੇਖਦੇ ਰਹੋ ਸਾਡੀ ਮੁਕੰਮਲ ਵੀਡੀਓ ਮੇਰੇ ਪਿਆਰੇ ਦੋਸਤੋ ਮੇਥਰੀ ਬੜੀਆਂ ਬਿਮਾਰੀਆਂ ਦਾ ਇਲਾਜ ਹੈ ਮੇਰੇ ਪਿਆਰ ਦੋਸਤੋ ਵੀਡੀਓ ਅੱਛੀ ਲੱਗੇ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਜਿਹੜਾ ਬੈਲ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰੋ ਤਾਂ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ ਚਲੋ ਮੇਥਰੀ ਲਾਉਂਦੇ ਹਾਂ ਹੁਣ ਪਿਆਰੇ ਦੋਸਤੋ ਮੇਥਰੀ ਲਾਉਣ ਲਈ ਅਸੀਂ ਪਹਿਲਾਂ ਗੁੜ ਲੈਂਦੇ ਹਾਂ ਜੀ ਥਾਂ ਥਾਂ ਗੁੜ ਕੇ ਅਤੇ ਫਿਰ ਅਸੀਂ ਲਾਵਾਂਗੇ ਪਾਣੀ ਅਤੇ ਫਿਰ ਅਸੀਂ ਬੀਜਾਂਗੇ ਜੀ ਮੇਥਰੀ ਹੁਣ ਅਸੀਂ ਜੀ ਗੁੜ ਲੈਂਦੇ ਹਾਂ ਚੰਗੀ ਤਰ੍ਹਾਂ ਥਾਂ ਅਤੇ ਫਿਰ ਅਸੀਂ ਬੀਜਦੇ ਹਾਂ ਜੀ ਮੇਥਰੀ ਅਸੀਂ ਥਾਂ ਗੁੜ ਲਿਆ ਚਲੋ ਪਾਣੀ ਲਾਉਂਦੇ ਹਾਂ ਜੀ ਹੁਣ ਤੁਸੀਂ ਦੇਖ ਸਕਦੇ ਹੋ ਅਸੀਂ ਮੋਟਰ ਚਲਾ ਕੇ ਪਾਣੀ ਪੂਣੀ ਲੱਗ ਲੱਗ ਪਿਆ ਪਿਆਰੇ ਦੋਸਤੋ ਜੋ ਪੂਰੀ ਖੱਤੀ ਨੂੰ ਪਾਣੀ ਲੱਗ ਜਾਏਗਾ ਜੀ ਅਤੇ ਫਿਰ ਅਸੀਂ ਰਾਂਗੇ ਜੀ ਮੇਥਰੀ ਪਿਆਰੇ ਦੋਸਤੋ ਉਨਾ ਚਿਰ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿੰਨਾ ਚਿਰ ਖੱਤੀ ਨੂੰ ਪਾਣੀ ਲੱਗਣਾ ਹੈ ਜੀ ਪਿਆਰੇ ਦੋਸਤੋ ਸਾਡੀ ਖੱਤੀ ਨੂੰ ਲੱਗ ਮੇਰੇ ਪਿਆਰੇ ਦੋਸਤੋ ਤੁਸੀਂ ਦੇਖ ਸਕਦੇ ਬਿਲਕੁਲ ਥੋੜ੍ਹੀ ਜਿਹੀ ਖੱਤੀ ਰਹਿ ਗਈ ਹੈ ਪਾਣੀ ਲੱਗਣ ਵਾਲਾ ਅਤੇ ਇੱਕ ਹਿਸਾਬ ਦਾ ਖੱਤੀ 'ਚ ਲੱਗ ਹੀ ਗਿਆ ਪਾਣੀ ਤੋਂ ਹੁਣ ਅਸੀਂ ਬੀਜਾ ਲੱਗੇ ਹਾਂ ਜੀ ਮੇਥਰੀ ਸਾਡੀ ਖੱਤੀ ਨੂੰ ਲੱਗ ਗਿਆ ਜੀ ਮੁਕੰਮਲ ਪਾਣੀ ਅਸੀਂ ਮੇਥਰੀ ਥੋੜ੍ਹੀ ਥੋੜ੍ਹੀ ਕਰਕੇ ਸੁੱਟਣੀ ਹੈ ਪਿਆਰੇ ਦੋਸਤੋ ਅਸੀਂ ਤੁਹਾਨੂੰ ਵੱਢਦੇ ਹਾਂ ਹਰ ਇੱਕ ਚੀਜ਼ ਕਰਦੇ ਹਾਂ ਪਿਆਰੇ ਦੋਸਤੋ ਮੇਥਰੀ ਦਿਖਾਵਾਂਗੇ ਜੀ ਸਾਡੀ ਮੁਕੰਮਲ ਵੀਡੀਓ ਦੇਖਦੇ ਰਹੋ ਅਤੇ ਹੁਣ ਅਸੀਂ ਚੰਗੀ ਤਰ੍ਹਾਂ ਸਾਰੇ ਕਿਤੇ ਬੀਜ ਲੈਂਦੇ ਹਾਂ ਜੀ ਮੇਥਰੀ ਮੇਥਰੀ ਬੀਜਣ ਤੋਂ ਬਾਅਦ ਤੁਹਾਨੂੰ ਜਦੋਂ ਉੱਗ ਜਾਏਗੀ ਉਦੋਂ ਵੀ ਦਿਖਾ ਦਾਂਗੇ ਜੀ ਇਸ ਸਾਰੀ ਮੇਥਰੀ ਦੀ ਖੱਤੀ ਦੇ ਵਿੱਚ ਜੀ ਅਸੀਂ ਮੇਥਰੀ ਸੁੱਟ ਲਈ ਹੈ ਦੋਸਤੋ ਮੇਥਰੀ ਸਾਡੀ ਉੱਗ ਪਈ ਹੈ ਅਤੇ ਅਸੀਂ ਹੁਣ ਦੂਸਰੇ ਸਿਰੇ ਲਾਇਆ ਪਾਣੀ ਅਤੇ ਹੁਣ ਅਸੀਂ ਜਦੋਂ ਹੁਣ ਅਸੀਂ ਪਾਣੀ ਲਾ ਲੱਗੇ ਹਾਂ ਅਤੇ ਫਿਰ ਇਹ ਬਹੁਤ ਜ਼ਿਆਦਾ ਵੱਡੀ ਹੋਏਗੀ ਅਤੇ ਫਿਰ ਤੁਹਾਨੂੰ ਅਸੀਂ ਖੋ ਕੇ ਵੀ ਵਿਖਾਵਾਂਗੇ ਜੀ ਮੇਥਰੀ ਸਾਡੀ ਬਿਲਕੁਲ ਹੋ ਗਈ ਹੈ ਜੀ ਤਿਆਰ ਅਤੇ ਤੁਹਾਨੂੰ ਅਸੀਂ ਪਿਆਰੇ ਦੋਸਤੋ ਥੋੜ੍ਹੇ ਕੁ ਦਿਨਾਂ ਤੱਕ ਅਸੀਂ ਤੁਹਾਨੂੰ ਵੱਢ ਕੇ ਵੀ ਦਿਖਾਵਾਂਗੇ ਜੀ ਮੇਥਰੀ ਜ਼ਬਰਦਸਤ ਮੇਥਰੀ ਸਾਡੀ ਹੈ ਜੀ ਹੋ ਗਈ ਹੈ ਤਿਆਰ ਬਹੁਤ ਸੰਘਣੀ ਸਾਡੀ ਮੇਥਰੀ ਹੋਈ ਹੈ ਅਤੇ ਤੁਹਾਨੂੰ ਹੁਣ ਅਸੀਂ ਵੱਢ ਕੇ ਵੀ ਦਿਖਾ ਦਿਆਂਗੇ ਜੀ ਜਲਦੀ ਗਈ ਤੁਸੀਂ ਦੇਖ ਸਕਦੇ ਹੋ ਮਜ਼ੇਦਾਰ ਸੀ ਮੇਥਰੀ ਸਾਡੀ ਕਿੰਨੀ ਕੁ ਹੋ ਗਈ ਹੈ ਪਿਆਰੇ ਦੋਸਤੋ ਜਿੰਨੀ ਅਸੀਂ ਖੱਤੀ ਚੜਾਈ ਸੀ ਸਾਡੀ ਬਹੁਤ ਜ਼ਿਆਦਾ ਆਸਾਨ ਹੀ ਮੇਥਰੀ ਹੋਈ ਹੈ ਜੀ ਅਤੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਜੀ ਵੱਢ ਕੇ ਐਂ ਜੀ ਅਸੀਂ ਲਾਏ ਦੇ ਆਲੂ ਇਹ ਵੀ ਮੈਂ ਯੂਟਿਊਬ 'ਤੇ ਵੀਡੀਓ ਅਪਲੋਡ ਕਰਨੀ ਆ ਤੁਸੀਂ ਇਹ ਵੀ ਸਾਡੀ ਵੀਡੀਓ ਮੁਕੰਮਲ ਦੇਖ ਲਈ ਤੁਹਾਨੂੰ ਰਾਂਦੀ ਆ ਸਭ ਕੁਛ ਕਰਦੀ ਆ ਦਿਖਾਵਾਂਗੇ ਜੀ ਮਾਸ਼ਾਅੱਲਾ ਸਾਡੀ ਮਜ਼ੇਦਾਰ ਸੀ ਮੇਥਰੀ ਹੋ ਗਈ ਹੈ ਤਿਆਰ ਦੋਸਤੋ ਸਾਡੀ ਮੇਥਰੀ ਹੋ ਗਈ ਹੈ ਬਿਲਕੁਲ ਜੀ ਤਿਆਰ ਹੁਣ ਅਸੀਂ ਇਹਨੂੰ ਵੱਢ ਕੇ ਅਤੇ ਪਿਆਰੇ ਦੋਸਤੋ ਗੋਸ਼ਤ 'ਚ ਪਾਉਣਾ ਅਤੇ ਗੋਸ਼ਤ ਪਕਾਉਣਾ ਅਤੇ ਐਸੇ ਸਾਡਾ ਕੰਮ ਮੇਥਰੀ ਵਾਲਾ ਗਿਆ ਜੀ ਮੁੱਕ ਅਸੀਂ ਤੁਹਾਨੂੰ ਮੇਥਰੀ ਲਾਉਂਦਿਆਂ ਪਾਣੀ ਲਾਉਂਦਿਆਂ ਸਾਰੀ ਦਿਖਾਈ ਹੀ ਸੀ ਅਤੇ ਹੁਣ ਅਸੀਂ ਜੀ ਵੱਢਣ ਲੱਗਿਆ ਮੇਥਰੀ ਇਹ ਮੇਥਰੀ ਸਿਹਤ ਲਈ ਬਹੁਤ ਚੰਗੀ ਹੁੰਦੀ ਹੈ ਇਹਨੂੰ ਹਰ ਇੱਕ ਹਾਂਡੀ 'ਚ ਪਾਉਣਾ ਚਾਹੀਦਾ ਹੈ ਕਸੂਰੀ ਮੇਥੀ ਹੈ ਜੀ ਹੁਣ ਅਸੀਂ ਵੱਢ ਲੈਂਦੇ ਹਾਂ ਬਿਸਮਿਲ੍ਲਾ
ਯਾਰੇ ਦੋਸਤੋ ਮੈਂ 3SU ਜੀ ਵੱਢ ਲਈ ਹੈ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਹੀ ਸੀ ਜੇ ਵੀਡੀਓ ਅੱਛੀ ਲੱਗੀ ਹੈ ਵੀਡੀਓ ਸਾਡੀ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਜਿਹੜਾ ਬੈਲ ਦਾ ਬਟਨ ਹੈ ਉਹਨੂੰ ਵੀ ਕਲਿੱਕ ਕਰੋ ਤਾਂ ਕਿ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਬਾਸਾਨੀ ਪਹੁੰਚ ਸਕੇ ਅਗਲੀ ਵੀਡੀਓ ਤੱਕ ਸਾਨੂੰ ਦਿਓ ਇਜਾਜ਼ਤ ਅੱਲਾ ਹਾਫਿਜ਼।